ਜਲੰਧਰ ਅੰਮ੍ਰਿਤਸਰ ਹਾਈਵੇ ਤੇ ਭਿਆਨਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਕਾਰ ਦੇ ਚੱਲਦੀ ਟਰਾਲੀ ਨਾਲ ਟਕਰਾ ਜਾਣ ਕਾਰਨ ਕਾਰ ਵਿੱਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸਾ ਇਹਨਾਂ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਜਾ ਵੜੀ ਤੇ ਕਾਰ 'ਚ ਸਵਾਰ 3 ਵਿਅਕਤੀ ਮੌਕੇ ਤੇ ਹੀ ਦਮ ਤੋੜ ਗਏ। ਇਹਨਾਂ ਵਿਅਕਤੀਆਂ 'ਚ ਇੱਕ ਔਰਤ ਤੇ 2 ਪੁਰਸ਼ ਸ਼ਾਮਿਲ ਨੇ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਸਪੀਡਿੰਗ ਕਾਰਨ ਵਾਪਰਿਆ ਹੈ। ਕਾਫੀ ਮੁਸ਼ਕਲ ਤੋਂ ਬਾਅਦ ਲੋਕਾਂ ਨੇ ਕਾਰ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕ ਦੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਸਰ, ਇਹ ਨਾ ਗੱਡੀ ਆ ਰਹੀ ਸੀ ਅੰਮ੍ਰਿਤਸਰ ਵਾਲੀ ਸਾਈਡ ਤੋਂ, ਅਰਾਊਂਡ 12:30 ਵਜੇ ਦਾ ਟਾਈਮ ਸੀਗਾ। ਕੋਈ ਟਰਾਲੀਆਂ ਸੜਕ 'ਤੇ ਹਾਈਵੇ ਦੇ ਉੱਤੇ ਖੜੀਆਂ ਸੀ, ਔਰ ਗੱਡੀ ਜਿਸ ਤਰ੍ਹਾਂ ਸਪੀਡ ਨਾਲ ਆਈ ਉੱਦਾਂ ਹੀ ਉਹ ਟਰਾਲੀ ਦੇ ਪਿਛਲੇ ਬੰਨੇ ਜਾ ਕੇ ਅੜ ਗਈ ਅੰਦਰ। ਉਹ ਟਰਾਲੀ ਇੰਨਾ ਕੁ ਜ਼ਿਆਦਾ ਜ਼ੋਰ ਨਾਲ ਗੱਡੀ ਵੱਜੀ ਹੈ ਕਿ ਅੱਧੀ ਗੱਡੀ ਟਰਾਲੀ ਦੇ ਥੱਲੇ ਚਲੇ ਗਈ ਸੀ। ਜਦੋਂ ਅਸੀਂ ਜਾ ਕੇ ਟਰਾਲੀ ਤੋਂ ਥੱਲੋਂ ਗੱਡੀ ਖਿੱਚਣ ਦੀ ਕੋਸ਼ਿਸ਼ ਕੀਤੀ, ਗੱਡੀ ਨਹੀਂ ਨਿਕਲੀ। 3 ਜਣੇ ਵਿੱਚ ਟਰੈਵਲ ਕਰ ਰਹੇ ਸੀਗੇ ਜੀ, 1 ਜੈਂਟ ਸੀਗੇ, 2 ਲੇਡੀ ਸੀਗੀਆਂ, ਔਰ 3 ਦੀ ਸਪੋਟ 'ਤੇ ਹੀ ਡੈਥ ਹੋ ਗਈ। ਫਿਰ ਟਰੈਕਟਰ ਪਾ ਕੇ ਗੱਡੀ ਪਿੱਛੇ ਖਿੱਚ ਕੇ ਇਨਬੋਡੀਜ਼ ਕੱਢੀਆਂ ਜੀ ਬਾਹਰ, ਅਤੇ ਕੋਸ਼ਿਸ਼ ਕੀਤੀ ਕੋਈ ਸਾਹ ਸੂਹ ਲੈਣ ਵਾਲਾ ਕੋਈ ਬੰਦਾ ਹੋਵੇ ਤਾਂ ਉਹਨੂੰ ਰਿਵਾਈਵ ਕਰ ਸਕੀਏ, ਬਟ 3 ਬੋਡ ਜਿਹੜੀਆਂ ਜਾਨਾਂ ਉਹ ਲੂਜ਼ ਕਰ ਚੁੱਕੇ ਸੀ ਅਸੀਂ। ਮਾਮਲਾ ਇਹ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ, ਟਰਾਲੀ ਵਾਲੀ ਉਹ ਖਲੋਤੀ ਸੀ, ਪਿੱਛੋਂ ਗੱਡੀ ਆਈ ਹੈ, ਗੱਡੀ ਆਪਣੀ ਸਪੀਡ 'ਚ ਆ ਰਹੀ ਆ, ਗੱਡੀ ਜਿਹੜੀ ਆ ਵਿੱਚ ਇੱਕਦਮ ਆਣ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ। ਇਹ ਸਮਝ ਨਹੀਂ ਲੱਗੀ ਵੀ ਕੀ ਗੱਲ, ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ, ਉਹ ਨਹੀਂ ਸਮਝ ਲੱਗੀ। ਪਿੱਛੋਂ ਆਣ ਕੇ ਵਿੱਚ ਵੱਜੀ ਹੈ ਟਰਾਲੀ, ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ, ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ, ਔਰ 2 ਲੇਡੀ ਹੈ 1 ਜੈਂਟਸ ਆ, ਉਹਨਾਂ ਦੀ ਵੀ ਡੈਥ ਹੋ ਗਈ। ਤੇ ਸਰ, ਗੱਡੀ ਵਿੱਚ 3 ਹੀ ਬੰਦੇ ਸਵਾਰ ਸੀਗੇ? 3 ਸਵਾਰ ਇਹ ਦੱਸੇ ਜਾ ਰਹੇ। ਸਰ, ਕੁਛ ਪਤਾ ਲੱਗਿਆ ਕਿੱਧਰੋਂ ਆ ਰਹੇ ਸੀ, ਕਿੱਧਰ ਜਾ ਰਹੇ ਸੀ? ਇਹ ਗੱਡੀ ਹੋਏ ਤਾਂ ਹੁਣ ਪਿੱਛੋਂ ਬੁਲਾਏ ਆ ਕੁਛ ਉਹਨਾਂ ਦੇ ਮਾਰਸਲ, ਉਹ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ, ਉਹਦੇ ਬਾਰੇ ਕੋਈ ਅਜੇ ਪਤਾ ਨਹੀਂ ਹੈਗਾ। ਤੇ ਟਰਾਲੀ ਇੱਥੇ ਕਿਉਂ ਖੜੀ ਸੀ ਜੀ? ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਾਊਗਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਹੈ, ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਸਰ, ਟਰਾਲੀ ਚਾਲਕ ਮੌਕੇ ਤੋਂ ਭੱਜੇ ਜਾਂ ਫੜ ਲਿਆ? ਨਹੀਂ, ਟਰਾਲੀ ਵਾਲਾ ਮਿਲਿਆ ਨਹੀਂ ਕੁਛ ਹੈਗਾ, ਟਰਾਲੀ ਵਾਲਾ ਟਰਾਲੀ ਖੜੀ ਹੈ, ਕਦੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ, ਕੌਣ ਆਇਆ, ਕਿਹਦੀ ਹੈ, ਕਿੱਥੋਂ ਆਇਆ, ਉਹ ਵੀ ਪਤਾ ਕਰ ਲੈਂਦੇ ਹਾਂ, ਇਨਵੈਸਟੀਗੇਟ ਕਰਦੇ ਹਾਂ ਸਰ ਜੀ।